ਹਾਈ ਫਰੈਂਡਸ ਵੈਲਕਮ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਜੌਬ ਵੈਕੈਂਸੀ ਅਪਡੇਟਸ ਦੇ ਉੱਤੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਇੰਪੋਰਟੈਂਟ ਹੋਣ ਜਾ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ 2022 ਦੀ ਆਈ ਹੋਈ ਲੇਟੈਸਟ ਵੈਕੈਂਸੀਜ਼ ਦੇ ਬਾਰੇ ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਹੈ ਜਿਹੜਾ ਕਿ ਹੁਣੇ-ਹੁਣੇ ਰਿਲੀਜ਼ ਕਰ ਦਿੱਤਾ ਗਿਆ ਹੈ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਲੈ ਕੇ ਆਈ ਹਾਂ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੁਹਾਡਾ ਇੱਕ ਲਾਈਕ ਮੋਟੀਵੇਟ ਕਰਦਾ ਹੈ ਤੁਹਾਡੇ ਵਾਸਤੇ ਨਵੇਂ-ਨਵੇਂ ਅਪਡੇਟ ਲੈ ਕੇ ਆਉਂਦਾ ਪੰਜਾਬ ਦੇ ਵਿੱਚ ਜਿਹੜੀਆਂ ਲੇਟੈਸਟ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਹੈ ਇਦੇ ਵਿੱਚ ਮੁੰਡੇ ਅਤੇ ਕੁੜੀਆਂ ਦੋਨੋਂ ਐਲੀਜੀਬਲ ਐ ਦੋਨੋਂ ਅਪਲਾਈ ਕਰ ਸਕਦੇ ਆ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਐ ਤੇ ਇਹਦੇ ਵਿੱਚ ਲਾਸਟ ਡੇਟ ਦੀ ਗੱਲ ਕਰੀਏ 25 ਜਨਵਰੀ 2022 ਤੱਕ ਤੁਸੀਂ ਜਿਹੜਾ ਇਹਦੇ ਵਾਸਤੇ ਅਪਲਾਈ ਕਰ ਲੈਣਾ ਆ ਬਹੁਤ ਵਧੀਆ ਤੁਹਾਡੇ ਕੋਲ ਇਹਦੇ ਵਾਸਤੇ ਓਪਰਚ्युनिटी ਆਊਟ ਕੀਤੀ ਜਾ ਚੁੱਕੀ ਹੈ ਜਿਦੇ ਵਿੱਚ ਡਾਇਰੈਕਟ ਤੁਹਾਡੀ ਇਹਦੇ ਵਿੱਚ ਰਿਕਰੂਟਮੈਂਟ ਹੋਣ ਵਾਲੀ ਹੈ ਜਿਦੇ ਵਿੱਚ ਏਜ ਲਿਮਿਟ ਦੀ ਆਪਾਂ ਗੱਲ ਕਰੀਏ 18 ਤੋਂ 45 ਸਾਲ ਤੁਹਾਡੀ ਰਹਿਣ ਵਾਲੀ ਆ ਇਨਕਲੂਡ ਜੇ ਆਪਾਂ ਕਰੀਏ ਏਜ ਰਿਲੈਕਸੇਸ਼ਨ ਠੀਕ ਹੈ ਤਾਂ ਉਹਦੇ ਅਕੋਰਡਿੰਗਲੀ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਹੈ ਕਿੱਦਾਂ ਅਪਲਾਈ ਕਰਨਾ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਤੇ ਕਦ ਤੋਂ ਕਦ ਤੱਕ ਅਪਲਾਈ ਕਰ ਸਕਦੇ ਆ ਕਿਹੜੇ ਡਿਪਾਰਟਮੈਂਟ ਦੇ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਚੈਨਲ ਨੂੰ ਜੋੜ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਰਹੇ ਹੋ ਇਸ ਰਤਿਦ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਟਾਈਮ ਤੇ ਪਹੁੰਚ ਜਵੇ ਤਾਂ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਆਪਾਂ ਗੱਲ ਕਰਾਂਗੇ ਰਿਕਰੂਟਮੈਂਟ ਦੀ ਉਹਦੇ ਵਾਸਤੇ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਪੀਡੀਐਫ ਦੇ ਉੱਤੇ ਤੁਸੀਂ ਦੇਖ ਸਕਦੇ ਆਪਾਂ ਆ ਚੁੱਕੇ ਆ ਨੋਟੀਫਿਕੇਸ਼ਨ ਪੀਡੀਐਫ ਦੇ ਉੱਤੇ ਇਹਨਾਂ ਵੈਕੈਂਸੀਸ ਵਾਸਤੇ ਜਿਹੜੀ ਆ ਤੁਹਾਡਾ ਕੋਈ ਐਗਜ਼ਾਮ ਜਿਹੜਾ ਉਹ ਨਹੀਂ ਹੋਣਾ ਲੈ ਆ ਜਿਹਦੇ ਵਿੱਚ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਆ ਸਿਰਫ ਪੰਜਾਬ ਦੇ ਕੈਂਡੀਡੇਟ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮੈਂ ਹਰ ਇੱਕ ਅਪਡੇਟ ਤੁਹਾਡੇ ਵਾਸਤੇ ਲੈ ਕੇ ਆਂਦੀ ਹੀ ਰਹਿੰਦੀ ਆ ਚਾਹੇ ਉਹ ਪੰਜਾਬ ਦੀਆਂ ਵੈਕੈਂਸੀਸ ਹੋਵੇ ਚਾਹੇ ਸੈਂਟਰਲ ਦੀਆਂ ਹੋਣ ਇਹਦੇ ਵਿੱਚ ਸਿਲੈਕਸ਼ਨ ਦੀ ਆਪਾਂ ਗੱਲ ਕਰੀਏ ਤੁਹਾਡੇ ਸਿਰਫ ਔਰ ਸਿਰਫ ਇੰਟਰਵਿਊ ਹੋਣਾ ਲਈ ਆ ਉਹਦੇ ਬੇਸਿਸ ਤੇ ਇਹਨਾਂ ਵੈਕੈਂਸੀਸ ਦੀ ਤੁਹਾਡੀ ਸਿਲੈਕਸ਼ਨ ਜਿਹੜੀ ਆ ਉਹ ਹੋਣ ਵਾਲੀ ਆ ਇਹ ਜਿਹੜਾ ਫਾਰਮ ਹੈ ਇਹਨਾਂ ਨੇ ਨੋਟੀਫਿਕੇਸ਼ਨ ਅਟੈਚ ਕੀਤੇ ਆ ਤੁਸੀਂ ਕੀ ਕਰਨਾ ਇੱਥੇ ਆਪਣਾ ਨਾਮ ਮੈਂਸ਼ਨ ਕਰਨਾ ਹੈ ਉਸ ਤੋਂ ਬਾਅਦ ਫਾਦਰ ਹਸਬੰਡ ਨੇ ਮੈਂਸ਼ਨ ਕਰਨੇ ਆ ਡੇਟ ਆਫ ਬਰਥ ਮੈਂਸ਼ਨ ਕਰਨਾ ਹੈ ਏਜ ਤੁਹਾਡੀ ਕਿੰਨੀ ਬੰਦੀ ਹੈ 1 1 21 ਤੱਕ ਇਹਨਾਂ ਨੇ ਮੰਗੀਆਂ ਉਸ ਆਮਾ ਤੁਹਾਡੀ ਕਿੰਨੀ ਮੰਗਦੀ ਆ ਕਿੰਨੀ ਬੰਦੀ ਆ ਉਹ ਤੁਸੀਂ ਇੱਥੇ ਜਿਹੜਾ ਮੈਂਸ਼ਨ ਕਰਨਾ ਹੈ ਤੇ ਇਹਦਾ ਤੁਸੀਂ ਪ੍ਰੂਫ ਵੀ ਅਟੈਚ ਕਰਨਾ ਹੈ ਉਸ ਤੋਂ ਬਾਅਦ ਕੁਆਲਿਫਿਕੇਸ਼ਨ ਤੁਹਾਡੀ ਕੀ ਹੈ ਉਹਦਾ ਪ੍ਰੂਫ ਵੀ ਤੁਸੀਂ ਅਟੈਚ ਕਰਨਾ ਹੈ ਨੈਕਸਟ ਅਗਰ ਗੱਲ ਕਰੀਏ ਕੈਟਾਗਰੀ ਤੁਸੀਂ ਕਿਹੜੀ ਕੈਟਾਗਰੀ ਤੋਂ ਬਿਲੋਂਗ ਕਰਦੇ ਆ ਉਸ ਤੋਂ ਬਾਅਦ ਨੈਸ਼ਨੈਲਿਟੀ ਇਹਦੇ ਵਿੱਚ ਤੁਸੀਂ ਇੰਡੀਅਨ ਲਿਖੋਗੇ ਉਸ ਤੋਂ ਬਾਅਦ ਜਿਹੜੀ 10th ਤੁਹਾਡੀ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੈਗੀ ਆ ਤਾਂ ਤੁਸੀਂ ਮੈਂਸ਼ਨ ਕਰਨਾ ਹੈ ਜਾਂ ਫਿਰ ਉਹਦੇ ਜੀ ਤੁਹਾਡੇ ਕੋ ਕੋਈ ਵੀ ਕੁਆਲਿਫੀਕੇਸ਼ਨ ਆ ਮਤਲਬ ਤੁਸੀਂ ਅਗਰ ਐਡੀਸ਼ਨਲ ਕੋਈ ਇਗਜ਼ਾਮ ਦਿੱਤਾ ਆ ਉਹ ਵੀ ਤੁਸੀਂ ਇੱਥੇ ਜਿਹੜਾ ਉਹ ਮੈਂਸ਼ਨ ਕਰਨਾ ਹੈ ਤੇ ਉਹਦਾ ਪ੍ਰੂਫ ਵੀ ਅਟੈਚ ਕਰਨਾ ਹੈ ਠੀਕ ਹੈ ਜੇ ਤੁਸੀਂ ਆਈਟੀਆ ਪਾਸ ਕੀਤੀ ਹੈ ਇੱਥੇ ਲਿਖੋ ਅਦਰਵਾਈਜ਼ ਤੁਸੀਂ ਉਹਨੂੰ ਬਲੈਂਕ ਛੱਡ ਸਕਦੇ ਆ ਉਸ ਤੋਂ ਬਾਅਦ ਗੱਲ ਕਰੀਏ ਇਹਦੇ ਵਿੱਚ ਅਗਰ ਤੁਹਾੜੇ ਕੋਈ ਐਕਸਪੀਰੀਅੰਸ ਹੈਗਾ ਆ ਠੀਕ ਹੈ ਤਾਂ ਤੁਸੀਂ ਮੈਂਸ਼ਨ ਕਰਨਾ ਨਹੀਂ ਤਾਂ ਇਹਨੂੰ ਵੀ ਤੁਸੀਂ ਖਾਲੀ ਛੱਡਣਾ ਹੈ ਉਸ ਤੋਂ ਬਾਅਦ ਤੁਸੀਂ ਕੋਰਸਪੋਂਡੈਂਸ ਜਾਂ ਪਰਮਨੈਂਟ ਐਡਰੈਸ ਇੱਥੇ ਮੈਂਸ਼ਨ ਕਰੋਗੇ ਕੰਟੈਕਟ ਨੰਬਰ ਤੁਸੀਂ ਇੱਥੇ ਮੈਂਸ਼ਨ ਕਰਨੇ ਆ ਇੱਥੇ ਲਾਸਟ 'ਚ ਆਪਣੇ ਸਿਗਨੇਚਰ ਕਰਕੇ ਇਹਨਾਂ ਦੇ ਐਡਰੈਸ 'ਤੇ ਤੁਸੀਂ ਭੇਜਣਾ ਆ ਇਹ ਫਾਰਮ ਜਿਹਦਾ ਤੁਸੀਂ ਫਿਲ ਕਰ ਲਵੋਗੇ ਇਨਵੈਲਪ ਦੇ ਵਿੱਚ ਪਾਣਾ ਆ ਠੀਕ ਹੈ ਇਹਨਾਂ ਦਾ ਐਡਰੈਸ ਲਿਖਣਾ ਸਾਈ ਡਿਟੇਲਸ ਮੈਂਸ਼ਨ ਕਰਕੇ ਇਹਨਾਂ ਦੇ ਐਡਰੈਸ 'ਤੇ ਤੁਸੀਂ ਭੇਜਣਾ ਆ ਹੁਣ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਇਹ ਜਿਹੜੀ ਤੁਹਾਡੀ ਇੰਟਰਵਿਊ ਆ ਕਦੋਂ ਹੋਣ ਵਾਲੀ ਆ ਤੇ ਇਹਦੇ 'ਚ ਤੁਹਾਡੀ ਜਿਹੜੀ ਇੰਟਰਵਿਊ ਆ ਉਹ 5 ਫਰਵਰੀ 2022 ਨੂੰ ਸਵੇਰੇ 10 ਵਜੇ ਹੋਣ ਵਾਲੀ ਆ ਉਹਦੇ ਅਕੋਰਡਿੰਗਲੀ ਤੁਸੀਂ ਇਹਦੇ ਵਿੱਚ ਤਿਆਰ ਰਹਿਣਾ ਆ ਹੁਣ ਆਪਾਂ ਗੱਲ ਕਰੀਏ ਕਿਹੜੀ ਕਿਹੜੀ ਵੈਕੈਂਸੀਆਂ ਆ ਕੌਣ-ਕੌਣ ਐਲੀਜੀਬਲ ਹੈ ਇਹਦੇ ਵਿੱਚ 10th ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ 12th ਜਾਂ ਗ੍ਰੈਜੂਏਟ ਕੈਂਡੀਡੇਟ ਅਗਰ ਅਪਲਾਈ ਕਰਨਾ ਚਾਹੁੰਦੇ ਆ ਉਹ ਵੀ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਤੇ ਇਹਦੇ ਨਾਲ ਨਾਲ ਤੁਹਾਡੀ ਉਮਰ 18 ਤੋਂ 37 ਸਾਲ ਹੈ ਅਪਲਾਈ ਕਰ ਸਕਦੇ ਆ ਪਲੱਸ ਰਿਲੈਕਸੇਸ਼ਨ ਤੁਹਾਨੂੰ ਮਿਲ ਸਕਦਾ ਹੈ ਰਿਜ਼ਰਵਡ ਕੈਂਡੀਡੇਟ ਨੂੰ ਅਗਰ ਆਪਾਂ ਇਹਦੇ ਵਿੱਚ ਗੱਲ ਕਰੀਏ ਸੈਲਰੀ ਦੀ ਐਸ ਪਰ ਡਿਸੀਡਡ ਨੋਰਮਸ ਤੁਹਾਡੀ ਸੈਲਰੀ ਰਹਿਣ ਵਾਲੀ ਆ ਇਦੇ ਵਿੱਚ ਜਿਹੜੀਆਂ ਟੋਟਲ ਪੋਸਟ ਆਊਟ ਕੀਤੀਆਂ ਗਈਆਂ ਇੱਕ ਪੋਸਟ ਜਿਹੜੀ ਆ ਆਊਟ ਕੀਤੀ ਗਈ ਹੈ ਜਿਹਦੇ ਵਿੱਚ ਜਨਰੇਟਰ ਆਪਰੇਟਰ ਦੀਆਂ ਵੈਕੈਂਸੀਜ਼ ਆ ਟੈਂਪਰੇਰੀ ਔਰ ਕੰਟੈਕਟ ਬੇਸਿਸ ਹੈ 10th ਦੇ ਨਾਲ ਤੁਸੀਂ ਜਿਹੜੀ ਆ ਆਈਟੀਆ ਪਾਸ ਕੀਤੀ ਆ ਅਪਲਾਈ ਕਰ ਸਕਦੇ ਆ ਜੇ ਤੁਹਾਡੇ ਕੋਲ ਇਹ ਐਲੀਜੀਬਿਲਿਟੀ ਨਹੀਂ ਹੈਗੀ ਤੁਸੀਂ 5 ਸਾਲ ਦਾ ਜਿਹੜਾ ਐਕਸਪੀਰੀਅੰਸ ਹੈਗਾ ਤੁਹਾੜੇ ਕੋਲ ਆਪਰੇਸ਼ਨਸ ਐਂਡ ਮੇਨਟੇਨੈਂਸ ਆਫ ਜਨਰੇਟਰਸ ਦੇ ਵਿੱਚ ਇਹ ਐਦਾਂ ਨਹੀਂ ਹੈ ਕਿ ਇਹ ਮੰਡੇਟਰੀ ਆ ਬਟ ਉਹਨਾਂ ਨੇ ਇਥੇ ਮੈਂਸ਼ਨ ਕੀਤਾ ਹੈ ਕਿ ਜੇ ਇਹ ਤੁਹਾਡੇ ਕੋਲ ਇਹ ਐਲੀਜੀਬਿਲਟੀ ਨਹੀਂ ਹੈ ਤਾਂ ਇਹ ਵੀ ਹੈਗੇ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਆ ਅਦਰਵਾਈਜ਼ ਫ੍ਰੈਸ਼ਰ ਅਪਲਾਈ ਕਰ ਸਕਦੇ ਆ ਸੋ ਇਹ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਵੱਲੋਂ ਆਊਟ ਕੀਤਾ ਗਿਆ ਹੈ ਬਰਨਾਲਾ ਦੀ ਜਿਹੜੀ ਡਿਸਟ੍ਰਿਕਟ ਕੋਰਟ ਦੀ ਵੈਬਸਾਈਟ ਤੇ ਤੁਸੀਂ ਰਿਕਰੂਟਮੈਂਟ ਸੈਕਸ਼ਨ 'ਚ ਜਾਓਗੇ ਤੁਹਾਨੂੰ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਕੇ ਇਥੇ ਵਾਸਤੇ ਅਪਲਾਈ ਕਰਨਾ ਹੈ ਤਾਂ ਹੁਣ ਆਪਾਂ ਨਵੀਂ ਵੀਡੀਓ ਵਿੱਚ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ